ਅੰਮ੍ਰਿਤਸਰ ਦੇ ਇਲਾਕਾ ਬੱਸ ਸਟੈਂਡ ਦੇ ਨਜ਼ਦੀਕ ਆਲ ਇੰਡੀਆ ਵੂਮੈਨ ਕਾਨਫਰੰਸ ਵਿੱਚ ਨੈਸ਼ਨਲ ਇੰਟੀਗ੍ਰੇਸ਼ਨ ਤੇ ਸੈਮੀਨਾਰ ਮੈਡਮ ਪੂਨਾ ਮਹਾਜਨ ਦੀ ਅਗਵਾਈ ਹੇਠ ਕਰਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੈਡਮ ਗੁਰਨਾਮ ਕੌਰ ਜੀ ਨੇ ਹਾਜ਼ਰੀ ਭਰੀ ਅਤੇ ਉਹਨਾਂ ਨੇ ਇਤਿਹਾਸ ਬਾਰੇ ਚਾਨਣਾ ਪਾਇਆ ਅਤੇ ਪ੍ਰੋਗਰਾਮ ਦੀ ਸ਼ੁਰੂਆਤ ਦੀਪ ਪ੍ਰਜਵਲਿਤ ਕਰਕੇ ਕੀਤੀ ਗਈ। ਇਸ ਮੌਕੇ ਤੇ ਪੂਰਾ ਸਟਾਫ ਅਤੇ ਸਟੂਡੈਂਟ ਹਾਜ਼ਰ ਸਨ। ਇਸ ਮੌਕੇ ਤੇ ਬ੍ਰੌਡਕਾਸਟ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਅਤੇ ਮੈਡਮ ਪੂਨਮ ਮਹਾਜਨ ਜੀ ਨੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਅਤੇ ਮੈਡਮ ਰਜਨੀ ਬੁਲਾਨੀ ਜੀ ਵੱਲੋਂ 1 ਲੱਖ ਦੀ ਵਿਸ਼ੇਸ਼ ਰਾਸ਼ੀ ਦਿੱਤੀ ਗਈ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਧੂ ਰਾਜਪੂਤ ਦੀ ਵਿਸ਼ੇਸ਼ ਰਿਪੋਰਟ। ਮੈਂ ਆਲ ਇੰਡੀਆ ਵੂਮੈਨ ਕਾਨਫਰੰਸ ਅੰਮ੍ਰਿਤਸਰ ਬ੍ਰਾਂਚ ਦੀ ਜਨਰਲ ਸੈਕਟਰੀ ਪੂਨਮ ਮਹਾਜਨ। ਅੱਜ ਸਾਡੇ ਵਿੱਚ ਸ਼੍ਰੀਮਤੀ ਗੁਰਨਾਮ ਕੌਰ ਬੇਦੀ, ਜਿਹੜੇ ਕਿ ਬਹੁਤ ਹੀ ਵੱਡੀ ਹਸਤੀ ਹੈ ਸਾਹਿਤਕਾਰ ਦੀ, ਕਿ ਉਹਨਾਂ ਨੂੰ ਨੈਸ਼ਨਲ ਇੰਟੀਗ੍ਰੇਸ਼ਨ ਦੇ ਕੈਂਪ ਲਈ ਅਸੀਂ ਇਨਵਾਈਟ ਕੀਤਾ। ਇਹ ਵਾਲਾ ਕੈਂਪ ਸਾਨੂੰ ਸਾਡੀ ਆਲ ਇੰਡੀਆ ਵੂਮੈਨ ਕਾਨਫਰੰਸ ਦਿੱਲੀ ਬ੍ਰਾਂਚ ਵਿੱਚੋਂ, ਸਾਨੂੰ ਸਾਡੀ ਮੇਨ ਜਿਹੜੀ ਹੈਗੀ ਹੈ ਉਹਦੇ ਵਿੱਚੋਂ ਕਰਨ ਨੂੰ ਕਿਹਾ ਗਿਆ। ਔਰ ਅਸੀਂ ਬਹੁਤ ਖੁਸ਼ ਹੈਗੇ ਹਾਂ ਕਿ ਅਸੀਂ ਇਹ ਕੈਂਪ ਔਰਗਨਾਈਜ਼ ਆਪਣੇ ਸੈਂਟਰ ਦੇ ਵਿੱਚ ਕੀਤਾ, ਕਿਉਂਕਿ ਇਸ ਦੀ ਆਵਸ਼ਕਤਾ ਸਾਡੀ ਵੂਮੈਨਸ ਨੂੰ ਬਹੁਤ ਜ਼ਿਆਦਾ ਹੈਗੀ ਆ, ਔਰਤਾਂ ਨੂੰ, ਕਿਉਂਕਿ ਉਹਨਾਂ ਨੂੰ ਇੰਨੀ ਜਾਣਕਾਰੀ ਸਾਡੇ ਅੰਮ੍ਰਿਤਸਰ ਦੇ ਵਿਸ਼ੇ ਵਿੱਚ ਹੈ ਨਹੀਂ ਸੀ, ਕਿ ਉਹਨਾਂ ਨੇ ਇੰਨੀ ਅਮੁੱਲੇ ਜਾਣਕਾਰੀ ਦਿੱਤੀ। ਸਾਡੇ ਗੁਰਨਾਮ ਕੌਰ ਬੇਦੀ ਜੀ, ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਤੋਂ ਵੀ ਅਵਾਰਡ ਮਿਲਿਆ ਗਿਆ ਅਤੇ 3-3 ਉਹਨਾਂ ਨੇ PhD ਕੀਤੀਆਂ ਹੋਈਆਂ, ਇੰਨੇ ਪੜ੍ਹੇ ਲਿਖੇ ਹਸਤੀ ਸਾਡੇ ਵਿੱਚ ਅੱਜ ਆਏ, ਪੂਰੀ ਅੰਮ੍ਰਿਤਸਰ ਦੇ ਵਿਸ਼ੇ 'ਚ ਉਹਨਾਂ ਨੇ ਜਾਣਕਾਰੀ ਦਿੱਤੀ, ਅਤੇ ਜਿਹੜੇ ਬੱਚੇ ਸਾਡੇ ਬਾਹਰ ਜਾ ਰਹੇ ਆ ਉਹਨਾਂ ਨੂੰ ਵੀ ਸਮਝਾਇਆ, ਅਤੇ ਨੈਕਸਟ ਉਹਨਾਂ ਨੇ ਜਿਹੜੇ ਰੋਜ਼ਗਾਰ ਦੇ ਸਾਧਨ ਹੈ ਉਹ ਵੀ ਦੱਸੇ। ਅੰਮ੍ਰਿਤਸਰ ਦਾ ਨਾਮ ਅੰਮ੍ਰਿਤ ਸਰੋਵਰ ਹੈ, ਗੁਰਬਾਣੀ ਦੇ ਬਾਰੇ ਵਿੱਚ, ਵੇਦ, ਉਪਨਿਸ਼ਦ ਸਭ ਦੇ ਬਾਰੇ ਜਾਣਕਾਰੀ ਦਿੱਤੀ। ਇੱਕ ਹੋਰ ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਸ਼ਿਕਸ਼ਾ ਪੱਧਤੀ ਜਿਹੜੀ ਪੁਰਾਣੀ ਚੱਲੀ ਆ ਰਹੀ ਹੈ, ਜਿਹਦੇ ਵਿੱਚ ਪੂਰਾ ਨਹੀਂ ਦੱਸਿਆ ਗਿਆ, ਅਤੇ ਉਹ ਚੇਂਜ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕਵੀ ਜੋ ਵੀ ਇੱਥੇ ਅੰਮ੍ਰਿਤਸਰ ਦੇ ਰਹੇ ਹੈਗੇ ਆ, ਇੰਨੇ ਵੱਡੇ ਵੇਦ ਵਗੈਰਾ ਜਿਹੜੇ ਇੱਥੇ ਬਿਆਸ ਦੇ ਕੰਢੇ ਲਿਖੇ ਗਏ ਆ, ਮਤਲਬ ਇੰਨੀ ਕੁ ਹਰ ਫੀਲਡ ਕੋਈ ਉਹਨਾਂ ਨੇ ਛੱਡੀ ਨਹੀਂ ਕੁਛ ਛੋਟੇ ਜਿਹੇ ਸਮੇਂ ਦੇ ਵਿੱਚ। ਅਤੇ ਸਾਡਾ, ਮੈਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ। ਇਸੇ ਨਾਲ ਸਾਡੇ ਇੱਥੇ ਮੈਂਬਰ ਉਪਸਥਿਤ ਹੈਗੇ ਸੀ, ਕਿ ਪ੍ਰੈਜ਼ੀਡੈਂਟ ਸੀ ਸਾਡੇ ਸ਼੍ਰੀਮਤੀ ਪ੍ਰੇਮ ਦੁੱਗਲ ਜੀ ਸੀ, ਪੈਟਰਨ ਸੀ ਸ਼੍ਰੀਮਤੀ ਰਜਨੀ ਬਰਾਨੀ ਸੀ, ਮੈਂ ਪੂਨਮ ਮਹਾਜਨ, ਜਨਰਲ ਸੈਕਟਰੀ, ਸਟੈਂਡਿੰਗ ਕਮੇਟੀ, ਸਾਡੇ ਟ੍ਰੇਜਰਰ ਕਮਲ ਸ਼ਰਮਾ ਜੀ, ਅਤੇ ਊਸ਼ਾ ਚਾਬਾ ਜੀ, ਪਰਮਜੀਤ ਕੌਰ ਜੀ, ਪ੍ਰੋਮਿਲਾ ਸੇਨ, ਅਤੇ ਸਾਡੀ ਐਡਵੋਕੇਟ ਜਸਬੀਰ ਕੌਰ, ਅਤੇ ਸਾਡੇ ਪ੍ਰਿੰਸੀਪਲ ਅਮਨ ਸ਼ਰਮਾ ਜੀ। ਇਸ ਤੋਂ ਇਲਾਵਾ ਸਾਡਾ ਸਾਰਾ ਸਟਾਫ, ਸਟੂਡੈਂਟਸ ਸਭ ਨੇ ਇਹ ਜਾਣਕਾਰੀ ਲਈ ਹੈ, ਔਰ ਇਹ ਕੈਂਪ ਬੜਾ ਬਹੁਤ ਵਧੀਆ ਹੋਇਆ। ਸਾਡੇ ਸੈਂਟਰ ਅੰਮ੍ਰਿਤਸਰ ਦੇ ਵਿੱਚ ਇੱਕ ਜਾਣੀ ਮਾਨੀ ਸੰਸਥਾ, ਜਿਹਦੇ ਵਿੱਚ ਅਸੀਂ ਸਕਿੱਲ ਡਿਵੈਲਪਮੈਂਟ ਦੇ ਬਹੁਤ ਕੋਰਸ ਕਰਵਾਉਂਦੇ ਹਾਂ, ਜਿਹਦੇ ਵਿੱਚ ਹੈ ਫਿਜ਼ੀਓਥੈਰੇਪੀ, ਕਟਿੰਗ ਟੇਲਰਿੰਗ, ਫੂਡ ਪ੍ਰੈਜ਼ਰਵੇਸ਼ਨ, ਬਿਊਟੀ ਪਾਰਲਰ, ਕੰਪਿਊਟਰ, ਅਤੇ ਇਸ ਤੋਂ ਇਲਾਵਾ ਸਾਡੀ ਫ੍ਰੀ ਡਿਸਪੈਂਸਰੀਜ਼ ਵੀ ਹੈਗੀਆਂ, ਔਰ ਸਾਡੇ ਓਲਡ ਏਜ ਹੋਮ ਵੀ ਹੈਗਾ। ਸਾਡਾ ਸਟੋਰ ਹੈ ਜਿਹੜਾ ਇੰਨਾ ਮਸ਼ਹੂਰ ਹੈ, ਜਿਹਦੇ ਵਿੱਚ ਨਾ ਚੱਕੀ ਲੱਗੀ ਹੈ ਕਿ ਆਪਣੇ ਮਸਾਲੇ ਵੀ ਪੀਸੇ ਜਾਂਦੇ ਹੈਗੇ ਹੈ, ਗਰਮ ਮਸਾਲਾ, ਹਲਦੀ, ਔਰ ਤਰ੍ਹਾਂ ਤਰੀਕੇ ਦੇ ਮਤਲਬ ਜਿਹੜੇ ਸੀਜ਼ਨਲ ਅਚਾਰ ਹੈ ਸਾਰੇ ਇੱਥੇ ਪੈਂਦੇ ਹੈਗੇ ਹੈ, ਸ਼ਰਬਤ ਬਣਾਏ ਜਾਂਦੇ ਹੈ। ਬਹੁਤ ਵੱਡਾ ਸਾਡਾ ਸੈਂਟਰ ਹੈ, ਓਲਡ ਏਜ ਹੋਮ ਵੀ ਹੈ, ਸੁਧਾਰ ਗ੍ਰਹਿ ਵੀ ਹੈਗਾ, ਬਹੁਤ ਕੁਛ ਹੈ। ਕਿ ਮੈਂ ਚਾਹੁੰਦੀ ਹੈਗੀ ਹਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਸਾਡੇ ਨਾਲ ਜੁੜਨ, ਬੱਚੇ ਇੱਥੇ ਆਉਣ। ਰਾਹੀ ਦਾ ਪ੍ਰੋਜੈਕਟ ਸਾਡਾ ਸੈਂਟਰ ਗੌਰਮੈਂਟ ਵੱਲੋਂ ਹੈਗਾ ਕਿ ਬੱਚਿਆਂ ਨੂੰ ਫ੍ਰੀ ਸ਼ਿਕਸ਼ਾ ਦੇਣੀ ਹੈਗੀ ਹੈ, ਸਕਿੱਲ ਡਿਵੈਲਪਮੈਂਟ ਦੀ, ਬੱਚਿਆਂ ਤੋਂ 1 ਰੁਪਿਆ ਨਹੀਂ ਲਿਆ ਜਾਂਦਾ। ਅਤੇ ਇੱਕ ਛੱਤ ਦੇ ਨੀਚੇ ਇਹ ਸੰਸਥਾ ਸਾਡੀ ਵੂਮੈਨਸ ਲਈ ਬਹੁਤ ਕੰਮ ਕਰਦੀ ਪਈ ਹੈ। ਧੰਨਵਾਦ ਆਪ ਸਭ ਲੋਕਾਂ ਦਾ। ਅੱਜ ਜਿਸ ਸੰਬੰਧ ਵਿੱਚ ਪ੍ਰੋਗਰਾਮ ਕਰਵਾਇਆ ਗਿਆ ਉਸ ਬਾਰੇ ਨੈਸ਼ਨਲ ਇੰਟੀਗ੍ਰੇਸ਼ਨ, ਯਾਨੀ ਕਿ ਜੋ ਸਾਡੇ ਆਸ ਪਾਸ ਹੈਗਾ ਅਸੀਂ ਉਸ ਦੇ ਗਿਆਨ ਤੋਂ ਹੀ ਅਛੂਤੇ ਹਾਂ। ਅੰਮ੍ਰਿਤਸਰ ਗੁਰੂਆਂ ਦੀ ਨਗਰੀ, ਅਤੇ ਜੋ ਅੱਜ ਅਸੀਂ ਭਟਕ ਰਹੇ ਹੈਗੇ ਹਾਂ ਆਲੇ ਦੁਆਲੇ, ਇੰਨਾ ਮਤਲਬ ਕੁਛ ਅੰਮ੍ਰਿਤਸਰ ਦੇ ਵਿੱਚ ਹੈਗਾ ਕਿ ਸਾਡੇ ਜਿਹੜੇ ਬੱਚੇ ਹੈ ਉਹ ਮੋਬਾਈਲਾਂ ਦੇ ਚੱਕਰ 'ਚ ਭਟਕ ਕੇ ਇੱਧਰ ਉੱਧਰ, ਨਹੀਂ ਉਹਨਾਂ ਨੂੰ ਧਿਆਨ ਕਿ ਅੰਮ੍ਰਿਤਸਰ ਕੀ ਚੀਜ਼ ਹੈਗੀ ਹੈ, ਕਿ ਇੱਥੇ ਇੰਨੇ ਇੰਨੇ ਮਹਾਂਪੁਰਸ਼ਾਂ ਨੇ ਜਨਮ ਲਿੱਤਾ ਹੈ, ਅਤੇ ਇੰਨੀ ਪਵਿੱਤਰ ਨਗਰੀ ਦੇ ਬਾਰੇ ਵਿੱਚ ਅੱਜ ਦੱਸਿਆ ਗਿਆ। ਅਤੇ ਮਕਸਦ ਹੀ ਇਹੀਓ ਹੈਗਾ ਸੀ
कि साढ़े हैड ऑफिस का कि तुसी जिथे जिथे रहिंदे हो तो तुसी उहदे आस पास के बारे में सारी जानकारी बच्चों नूं दिओ। असी आ जो काम किया जिहदे विच असी बच्चों को चार्ट बनवाए सी, जिहड़े बार डिस्प्ले है बच्चों प्राइज दिते गए है, ऐसे कैंप असी समय समय तक करवाने हैं।